ਹੈਲੋ, ਹਾਂਜੀ ਡਾਕਟਰ ਸਾਹਿਬ, ਕੀ ਹਾਲ ਜੀ? ਜੀ ਬਿਲਕੁਲ ਠੀਕ ਠਾਕ ਜੀ। 5 ਮਿੰਟ ਲੈਣੇ ਤੁਹਾਡੇ, ਬਸ ਜ਼ਿਆਦਾ ਨਹੀਂ ਜੀ। ਕੌਣ ਸਾਹਿਬ ਗੱਲ ਕਰਦੇ? ਹਾਂਜੀ ਮੈਂ ਜੀ ਬਲਜੀਤ ਸਿੰਘ ਬੋਲਦਾ ਜੀ। ਬਲਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ? ਗੁਰਦਾਸਪੁਰ ਜੀ। ਬਲਜੀਤ ਸਿੰਘ ਜੀ, ਮੈਂ ਕਹਿੰਦਾ ਕਿ ਤੁਸੀਂ ਰਿਜ਼ਰਵੇਸ਼ਨ ਬਾਰੇ ਕਿਉਂ ਨਹੀਂ ਬੋਲਦੇ? ਰਿਜ਼ਰਵੇਸ਼ਨ ਵੀ ਬੰਦ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਹੈ? ਹਾਂਜੀ ਹਾਂਜੀ। ਅੱਛਾ ਜੀ, ਹਾਂਜੀ, ਮੈਂ ਉਸ ਵਿਸ਼ੇ ਦੇ, ਮੇਰੀ ਇੱਕ ਬੇਨਤੀ ਹੈ ਤੁਹਾਨੂੰ, ਮੇਰੇ ਸਤਿਕਾਰਯੋਗ ਭਾਜੀ, ਤੁਸੀਂ ਮੇਰੇ ਵੱਡੇ ਵੀਰ ਜੀ, ਮੇਰੀ ਬੇਨਤੀ, ਉਹਦੇ ਬਾਰੇ ਕਿਉਂ ਨਹੀਂ ਬੋਲਦੇ? ਬੋਲੋ। ਨਹੀਂ, ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਹੈ, ਇਹ ਤੁਹਾਨੂੰ ਕਿੱਦਾਂ ਕਿਉਂ ਲੱਗ ਰਿਹਾ? ਹਾਂਜੀ, ਤੁਸੀਂ ਇੱਕ ਪੜ੍ਹੇ ਲਿਖੇ ਇਨਸਾਨ ਹੈ ਡਾਕਟਰ ਸਾਹਿਬ ਜੀ, ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸ ਸਕਦਾ 2 ਮਿੰਟ? ਹਾਂਜੀ ਦੱਸੋ। ਇੱਕ ਬੱਚਾ ਜਿਹੜਾ 90 ਨੰਬਰ ਲੈ ਕੇ ਕੁਰਸੀ ਤੇ ਨਹੀਂ ਬੈਠਦਾ, ਇੱਕ ਬੱਚਾ ਜਿਹੜਾ 30 ਨੰਬਰ ਲੈ ਕੇ ਕੁਰਸੀ ਤੇ ਬੈਠ ਜਾਂਦਾ, ਹੁਣ ਇਲਾਜ ਜਿਹੜਾ ਵਾ 90 ਨੰਬਰਾਂ ਵਾਲਾ ਵਧੀਆ ਕਰੂਗਾ ਕਿ 30 ਨੰਬਰਾਂ ਵਾਲਾ ਵਧੀਆ ਕਰੂਗਾ? ਆਪਾਂ ਦੋਨੇ, ਮੈਂ ਚਾਹੂੰਗਾ ਵੀ ਨਾਲ ਨਾਲ ਮੈਂ ਵੀ ਐਕਸਪਲੇਨੇਸ਼ਨ ਕਰਦਾ ਰਵਾਂ। ਇੱਕ ਬੱਚਾ ਏਸੀ ਦੇ ਵਿੱਚ ਪੜ ਰਿਹਾ, ਇੱਕ ਬੱਚਾ ਏਸੀ ਦੇ ਵਿੱਚ ਤੇ ਬਹੁਤ ਹੀ ਸੁੱਖ ਸੁਵਿਧਾਵਾਂ ਦੇ ਨਾਲ ਪੜ ਰਿਹਾ, ਉਹਦੀ ਮੰਮੀ ਕਿਚਨ ਚੋਂ ਖਾਣਾ ਬਣਾ ਕੇ ਲਿਆ ਰਹੀ ਹੈ, ਤੇ ਉਹ ਕਹਿ ਰਹੀ ਹੈ, ਚਾਹੇ ਧੀ ਆ ਚਾਹੇ ਪੁੱਤ ਆ, ਉਹ ਕਹਿ ਰਹੀ ਹੈ ਨਹੀਂ ਪੁੱਤ ਤੂੰ ਬਸ ਪੜ ਲਾ, ਬੈੱਡ ਤੋਂ ਥੱਲੇ ਨਹੀਂ ਲਾਉਣਾ। ਤੇ ਇੱਕ ਬੱਚਾ ਜਿਹੜਾ ਆ ਉਹ ਆਪਣੇ ਮਾਪਿਆਂ ਦੇ ਨਾਲ ਖੇਤਾਂ ਦੇ ਵਿੱਚ ਭੱਠਿਆਂ ਦੇ ਉੱਤੇ ਮਤਲਬ ਪੱਠੇ ਕੁਤਰਵਾ ਰਿਹਾ ਆ, ਮੱਝਾਂ ਨੂੰ ਪੱਠੇ ਪਾ ਰਿਹਾ ਆ, ਨਾਲ ਕੰਮ ਕਰਕੇ ਆ ਰਿਹਾ ਆ ਜੀ। ਤੇ ਇੱਕ ਬੱਚਾ ਜਿਹੜਾ ਆ ਉਹ ਜਿਹੜਾ ਤੁਸੀਂ ਕਹਿੰਦੇ ਹੋ ਵੀ 90% ਲੈਣ ਵਾਲਾ ਜਿਹੜਾ ਆ ਕੁਰਸੀ ਦੇ ਉੱਤੇ ਨਹੀਂ ਬਹਿੰਦਾ, ਜਿਹੜਾ 90% ਲੈਣ ਵਾਲਾ ਆ ਉਹ ਬੱਚਾ ਬੜੇ ਸੁੱਖ ਸੁਵਿਧਾਵਾਂ ਦੇ ਵਿੱਚ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਨਵੈਂਟ ਸਕੂਲਾਂ ਦੇ ਵਿੱਚ ਪੜ ਰਿਹਾ ਆ। ਠੀਕ ਹੈ ਸਰ, ਹੁਣ ਮੈਂ ਅੱਗੇ ਤੁਹਾਨੂੰ ਜਵਾਬ ਦੇ ਦਿੰਦਾ ਜੀ। ਤੁਸੀਂ ਸਰਕਾਰ ਕੋਲੋਂ ਇਹ ਮੰਗ ਕਰੋ ਕਿ ਇਹਨਾਂ ਨੇ ਫੀਸਾਂ ਮਾਫ਼ ਕਰੋ। ਤੁਸੀਂ ਵੇਖੋ ਕਿ ਜਿਹੜਾ 30 ਨੰਬਰਾਂ ਦਾ ਬੰਦੇ ਹੀ ਮਾਰੂਗਾ, ਉਹ ਡਾਕਟਰ ਕੀ ਮੈਨੂੰ ਬੰਦੇ ਹੀ ਮਾਰੇਗਾ? 30 ਨੰਬਰ ਵਾਲਾ ਨਹੀਂ ਨਹੀਂ ਤੁਹਾਡਾ ਕਹਿਣ ਦਾ ਕੀ ਮਤਲਬ, ਤੁਹਾਨੂੰ ਲੱਗਦਾ ਵੀ ਇੰਡੀਆ ਦੇ ਵਿੱਚ ਡਾਕਟਰ ਬਣਨ ਵਾਲਾ ਜਿਹੜਾ ਉਹ ਰੈਜ਼ਰਵੇਸ਼ਨ ਦੇ ਕਰਕੇ ਜਾਂਦਾ ਹੈ ਜੀ? ਮੈਂ ਡਾਕਟਰ ਆ ਔਰ ਮੈਂ ਰੈਜ਼ਰਵੇਸ਼ਨ ਦਾ ਕਦੀ ਇਸਤੇਮਾਲ ਨਹੀਂ ਕੀਤਾ, ਮੈਂ ਮਜ਼ਬੀ ਸਿੱਖ ਆ, ਤੇ ਇਹਦੇ ਲਈ ਐਂਟਰੈਂਸ ਟੈਸਟ ਹੁੰਦਾ ਆ। ਤੁਸੀਂ ਇੰਨਾ ਤੁਹਾਡੇ ਮਨ ਦੇ ਵਿੱਚ ਕਿੱਦਾਂ ਤੁਸੀਂ ਮਤਲਬ ਫਾਲੀ ਫਿਰਦੇ ਹੋ ਤੇ ਬੜੀ ਗਲਤ ਫਹਿਮੀ ਬਾਰਵਾਂ ਰੈਂਕ ਸੀ ਮੇਰਾ 1988 ਚ 10ਵੀਂ ਚੋਂ 92% ਮੈਂ ਨੰਬਰ ਲਏ ਨੇ। ਰੈਜ਼ਰਵੇਸ਼ਨ ਤਾਂ ਮੈਂ ਅੱਜ ਤੱਕ ਇਸਤੇਮਾਲ ਨਹੀਂ ਕੀਤਾ, ਮੈਂ ਡਾਕਟਰ ਆ, ਤੇ ਉਹਦੇ ਬਾਵਜੂਦ ਕੁਛ ਲੋਕ ਨੇ ਤੁਹਾਡੇ ਵਰਗੀ ਬੜੀ ਖੂਬਸੂਰਤ ਸੋਚ ਵਾਲੇ ਜਿਨ੍ਹਾਂ ਨੂੰ ਤਕਲੀਫ ਆ ਵੀ ਮੈਂ ਰੈਜ਼ਰਵੇਸ਼ਨ ਕਰਕੇ ਡਾਕਟਰ ਬਣਿਆ। ਮੈਡੀਕਲ ਦੇ ਵਿੱਚ ਦਾਖਲਾ ਮਿਲੂਗਾ 75%, ਯੂ ਗੈਟ ਦੈਟ, 75% ਜਿਸ ਬੱਚੇ ਦੇ ਨੰਬਰ ਹੋਣਗੇ ਉਸਨੂੰ ਮੈਡੀਕਲ ਦੇ ਵਿੱਚ ਫਿਰ ਦਾਖਲਾ ਮਿਲਦਾ ਆ, ਅਦਰਵਾਈਜ਼ ਉਸ ਤੋਂ ਨੀਚੇ 60 ਤੋਂ ਲੈ ਕੇ 70% ਨੰਬਰ ਤੱਕ ਕਾਮਰਸ ਲੈ ਸਕਦਾ ਆ, ਤੇ 50% ਤੋਂ ਨੀਚੇ ਜਿਹੜਾ ਬੰਦਾ ਹੁੰਦਾ ਉਹ ਆਰਟਸ ਲੈਂਦਾ ਆ। ਅੱਛਾ, ਦੂਜੀ ਗੱਲ ਮੈਂ ਮਾੜਾ ਜਿਹਾ ਜਾਣਨਾ ਚਾਹੁੰਦਾ, ਤੁਹਾਡੀ ਪੜ੍ਹਾਈ ਲਿਖੀ ਕਿੰਨੀ ਕੀ ਆ? ਤੁਸੀਂ ਕਿੰਨਾ ਪੜ੍ਹੇ ਲਿਖੇ ਹੋ? ਹਾਂਜੀ, ਤੁਸੀਂ ਕਿੰਨਾ ਪੜ੍ਹੇ ਲਿਖੇ ਹੋ? ਮੈਂ ਜੀ MA BEd ਆ। MA ਸਾਰੇ ਡਾਕਟਰ ਨਾ ਬਣ ਜਾਣੇ, ਸਾਰੇ ਡਾਕਟਰ ਬਣ ਹੀ ਜਾਣੇ, ਕੋਈ ਟੀਚਰ ਹੀ ਚਾਹੀਦੇ ਆ?
ਕੋਈ ਟੀਚਰ ਵੀ ਚਾਹੀਦਾ, ਕੋਈ ਇੰਜੀਨੀਅਰ ਵੀ ਚਾਹੀਦਾ, ਕੋਈ ਡਾਕਟਰ ਵੀ ਚਾਹੀਦਾ, ਕੋਈ ਵਕੀਲ ਵੀ ਚਾਹੀਦਾ? ਤੁਸੀਂ ਕਿਹੜੀ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ ਮੈਨੂੰ ਮਾੜਾ ਜਿਹਾ, ਮੈਂ ਜਾਣਨਾ ਚਾਹੁੰਦਾ। ਹਾਂਜੀ ਮੈਂ ਜੱਟ ਸਿੱਖ ਹਾਂ। ਨਹੀਂ ਜੱਟ ਹੈ ਜਾਂ ਸਿੱਖ ਆ? ਕਿਉਂਕਿ ਜੱਟ 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 ਸਿੱਖ ਜਿੱਦਾਂ ਤੁਸੀਂ ਆਪਣਾ ਅਟਵਾਲ ਹੈ, ਅਟਵਾਲ ਜੱਟਾਂ ਜਾਂਦੇ ਆ? ਨਹੀਂ ਜੀ ਨਹੀਂ, ਅਟਵਾਲ ਜਿਹੜਾ ਆ ਜੀ ਉਹ ਜਿਹੜਾ ਮਜ਼ਹਬੀ ਸਿੱਖ ਹੈ ਨਾ, ਇਹ ਜਾਤ ਨਹੀਂ ਆ, ਇਹਨੂੰ ਐਸਟੀ ਬਣਾਇਆ ਗਿਆ। ਨਹੀਂ ਜੀ ਨਹੀਂ, ਅਟਵਾਲ ਮੈਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਅਟਵਾਲ, ਮੈਂ ਵੈਸੇ ਅਟਵਾਲ ਅਟਵੂਲ ਬੜੀ ਲਾ ਦੇਣਾ, ਰੰਗਰੇਟਾ ਸ਼ਬਦ ਲੱਗਦਾ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੱਟ ਵਿੱਚ ਆਏ ਨਾ। ਨਹੀਂ ਜੀ ਨਹੀਂ ਨਹੀਂ ਜੀ ਨਹੀਂ ਨਹੀਂ ਨਹੀਂ, ਜੇ ਮੈਂ ਸਿੱਖ ਹੋਊਂਗਾ ਤਾਂ ਮੈਂ ਆਪਣਾ ਜੱਟ ਪੁਣਾ ਛੱਡ ਕੇ ਸਿੱਖ ਬਣੂੰਗਾ। ਹਾਂਜੀ ਠੀਕ ਹੈ ਜੀ। ਤੇ ਤੁਸੀਂ ਕਿਹਾ ਵੀ ਮੈਂ ਜੱਟ ਸਿੱਖ ਹਾਂ, ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿੰਦੀਆਂ, ਤੁਸੀਂ ਐਮ ਏ ਬੀ ਐਡ ਹੋ, ਮੈਂ ਤਰਕ ਦੇ ਨਾਲ ਗੱਲ ਕਰ ਰਿਹਾ, ਆਪਾਂ ਬੜੇ ਵਧੀਆ ਵਿਚਾਰ ਹੋ ਰਹੇ ਆ, ਬੜੀ ਖੂਬਸੂਰਤ। ਮਜ਼ਹਬੀ ਸਿੱਖ ਜਿਹੜਾ ਆ ਉਹ ਮਜ਼ਹਬ ਦੇ ਪੱਕੇ ਨੂੰ, ਇਹ ਜਾਤ ਨਹੀਂ ਆ, ਇਹਨੂੰ ਤੁਸੀਂ ਜਾਤ ਵਾਂਗੂ ਵਜੋਂ ਲੈ ਰਹੇ ਹੋ। ਮਜ਼ਹਬ ਦਾ ਪੱਕਾ, ਧਰਮ ਦਾ ਪੱਕਾ, ਮੈਨੂੰ ਤੁਸੀਂ ਪੜ੍ਹੇ ਲਿਖੇ ਹੋ ਨਾ, ਮੈਨੂੰ ਕਿਸੇ ਵੀ ਡਿਕਸ਼ਨਰੀ ਦੇ ਵਿੱਚ ਜੱਟ ਦੀ ਡਿਕਸ਼ਨਰੀ ਦੇ ਵਿੱਚ ਕੋਈ ਮਤਲਬ ਦੱਸ ਦਿਓ, ਤੁਹਾਨੂੰ 10 ਲੱਖ ਰੁਪਇਆ ਇਨਾਮ ਦਊਂਗਾ। ਤੇ ਮਜ਼ਹਬ, ਮਜ਼ਹਬੀ ਦਾ ਮਤਲਬ ਮਜ਼ਹਬ ਦਾ ਪੱਕਾ, ਇਹ ਜਾਤ ਨਹੀਂ ਹੈ, ਮਜ਼ਹਬ ਦਾ ਪੱਕਾ ਇਹਦਾ, ਇਹ ਮੈਂ ਤੁਹਾਨੂੰ ਮੈਂ ਸਬੂਤ ਕਰ ਦੂੰਗਾ। ਸਾਰੇ ਪਹਿਲਾਂ ਸਾਰੇ ਜਾਣੇ ਮਜ਼ਹਬੀ ਸਿੱਖ ਹੁੰਦੇ ਸੀਗੇ, ਲੇਕਿਨ ਕੁਛ ਮਾਫ਼ ਕਰਨਾ, ਆਪਾਂ ਸਿਰਫ ਵਿਚਾਰ ਕਰ ਰਹੇ ਹਾਂ, ਮੇਰੇ ਖਿਆਲ ਨਾਲ ਤੁਸੀਂ ਗੁੱਸਾ ਨਹੀਂ ਕਰੋਗੇ ਤੇ ਮੈਂ ਵੀ ਨਹੀਂ ਕੁਛ। ਤੁਹਾਡੀ ਕੈਟੇਗਰੀ ਦੇ ਲੋਕ ਜਿਹੜੇ ਨੇ ਨਾ, ਉਹ ਜਦੋਂ ਉਹ ਓਦਾਂ ਕਹਿੰਦੇ ਨੇ ਜੀ, ਮਤਲਬ ਮੈਂ ਹੁਣ ਤੁਹਾਨੂੰ ਸਿਰਫ ਕੁਛ ਉਦਾਹਰਨਾਂ ਦੇਣਾ ਚਾਹੁੰਦਾ ਆ। ਇੱਕ ਗਾਇਕ ਆ, ਇੱਕ ਗਾਇਕ ਆ, ਮੈਂ ਥੋੜੇ ਜਿਹੇ ਪਹਿਲਾਂ ਇੱਥੋਂ ਸ਼ੁਰੂਆਤ ਕਰਾਂ। ਗਾਇਕੀ ਅੱਜ ਤੋਂ 45-50 ਸਾਲ ਪਹਿਲਾਂ ਇੱਕ ਜੱਟ ਹੀ ਵਿਅਕਤੀ, ਇੱਕ ਜੱਟ ਹੀ ਕੌਮ ਐਸੀ ਸੀ ਜਿਹੜੀ ਗਾਉਣ ਵਾਲਿਆਂ ਨੂੰ ਕੰਜਰ ਕਿਹਾ ਕਰਦੇ ਸੀ। ਅੱਜ ਪੂਰੀ ਜੱਟ ਕਮਿਊਨਿਟੀ ਨੇ ਕੰਜਰਾਂ ਵਾਲੇ ਕੰਮ ਆਪ ਫੜੇ ਹੋਏ ਆ। ਮਾਫ਼ ਕਰਨਾ, ਮੈਂ ਇੱਕ ਗੱਲ ਕਰਨ ਲੱਗਾ, ਇੱਕ ਤਜਿੰਦਰ ਸਿੰਘ ਮਾਨ ਨਾਮ ਦਾ ਬੰਦਾ, ਉਹਨੇ ਕਿਹਾ ਵੀ ਜੇ ਮੈਂ ਤਜਿੰਦਰ ਸਿੰਘ ਮਾਨ ਲਾ ਕੇ ਗਾਣਾ ਗਾਊਂਗਾ ਤੇ ਫਿਰ ਚੌਥਾ ਪੈਗ ਲਾ ਕੇ ਤੇਰੀ ਬਾਹੇ ਫੜਨੀ, ਇਹ ਫਿਰ ਗਾ ਨਹੀਂ ਸਕਦਾ। ਪਰ ਇੱਕ ਲੱਚੇ ਕੰਮ ਕਰਨ ਵਾਲਾ ਜੇ ਮੈਂ ਸਿੰਘ ਛੱਡ ਕੇ ਤੇ ਇਕੱਲਾ ਜੱਟ ਬਣ ਕੇ ਬੱਬੂ ਮਾਨ, ਫਿਰ ਮੈਂ ਕੋਈ ਕਹੂੰਗਾ ਵੀ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ? ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ, ਉੱਥੇ ਜੱਟ ਫੈਰ ਕਰਦਾ। ਜਿਹੜਾ ਸਪਰੇਅ ਪੀ ਕੇ ਮਰ ਰਿਹਾ ਤੇ ਫਾਹੇ ਲੈ ਕੇ ਮਰ ਰਿਹਾ, ਕਰਜ਼ ਦੇ ਵਿੱਚ ਡੁੱਬ ਕੇ ਮਰ ਰਿਹਾ, ਉਹ ਕੌਣ ਆ? ਉਹ ਤੇ ਕੁਝ ਕੈਟਾਗਰੀ ਆ, ਕੁਝ ਕੈਟਾਗਰੀ ਮੈਨੂੰ ਕੁਛ ਕੈਟਾਗਰੀ ਕਿਉਂ ਫਿਰ ਕਰਜ਼ ਮਾਫ ਸਾਰਿਆਂ ਦੇ ਕਿਉਂ ਹੋ ਰਹੇ ਆ? ਨਹੀਂ ਜੀ ਨਹੀਂ 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 ਨਹੀਂ, ਥੋੜੇ ਪਰਸੈਂਟ ਜਿਹੜੇ ਨੇ ਐਕਚੁਅਲੀ, ਇੱਕ ਗੱਲ ਮੈਂ ਤੁਹਾਨੂੰ ਜੀ ਸੁਣੋ, ਅੱਜ ਐਕਚੁਅਲੀ ਨਾ ਸਾਰੇ ਪਹਿਲਾਂ 1900 ਸਾਲ ਤੋਂ ਪਹਿਲਾਂ ਜੱਟ ਮੁਜਾਰੇ ਹੁੰਦੇ ਸੀਗੇ। ਮੁਜਾਰੇ ਮੈਂ ਸਬੂਤ ਦੇ ਸਕਦਾ ਤੁਹਾਨੂੰ, ਕਾਨੂੰਨ ਦੇ ਆਧਾਰ ਦੇ ਉੱਤੇ ਮੇਰੇ ਕੋਲ ਉਹ ਨੇ, ਤੇ ਕਾਨੂੰਨ ਦੇ ਆਧਾਰ ਦੇ ਉੱਤੇ ਮੈਂ ਗੱਲ ਕਰਨ ਡਿਆ ਆ। ਔਰ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ, ਇਹ ਮੇਰੇ ਕੋਲ ਸਬੂਤ ਕਿੱਥੋਂ ਮਿਲੇ ਨੇ? ਮੈਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ, ਉਹਨਾਂ ਦਾ ਇੱਕ ਬੁਲਾਰਾ ਆ ਸਰਬਜੀਤ ਸਿੰਘ, USA ਚ ਰਹਿੰਦਾ ਆ, ਅਗੇਲ ਆ, ਔਰ ਮੈਂ ਉਹਨੂੰ ਗੁਰੂ ਦਾ ਸਿੱਖ ਕਹੂੰਗਾ ਕਿਉਂਕਿ ਉਹ ਜੱਟ ਪੁਣਾ ਛੱਡ ਚੁੱਕਾ ਆ। ਇੰਦਰਜੀਤ ਸਿੰਘ ਬੱਲੋਵਾਲੀਆ, ਸੁੱਖਾ ਸਿੰਘ, ਇਹ ਸੁੱਖਾ ਸਿੰਘ ਇੱਕ ਬਹੁਤ ਤਗੜਾ ਸਿੱਖ ਆ ਔਰ ਉਹ ਜੱਟ ਪੁਣਾ ਛੱਡ ਚੁੱਕਾ ਤੇ ਸਿੱਖ ਆ। ਸਮਝੇ ਨੀ ਆ ਇਹ ਜਾਤ ਦਾ ਮਤਲਬ, ਜੇ ਗੋਤ ਲਿਖ ਦਿੱਤਾ ਤਾਂ ਇਹ ਹਰਾਮ ਦੇ ਥੋੜਾ ਹੋ ਗਿਆ?
ਤੁਸੀਂ ਇਹ ਸ਼ਬਦ ਕਿੱਦਾਂ ਯੂਜ਼ ਕਰ ਸਕਦੇ ਹੋ ਵੀ ਹਰਾਮ ਦੇ ਹੋਗੇ? ਮੇਰੀ ਗੱਲ ਨੂੰ ਪਹਿਲਾਂ ਧਿਆਨ ਨਾਲ ਸੁਣਿਓ, ਇਹ ਸਾਨੂੰ ਇਹ ਤੁਹਾਡੇ ਤੋਂ ਹੀ ਕੋਈ ਖੈਰ ਥੋੜਾ ਲਿੱਤੀ ਹੋਈ ਆ। ਜਿਹੜਾ ਗੋਤ ਆ, ਗਿੱਲ ਆ, ਸੰਧੂ ਆ, ਸਿੱਧੂ ਹੈ, ਇਹਦਾ ਮਤਲਬ ਕੀ ਆ? ਉਹ ਸਾਰੇ ਪਹਿਲਾਂ ਪਿੰਡਾਂ ਦੇ ਵਿੱਚ ਸਾਰੇ ਹੀ ਮਜ਼ਹਬ ਦੇ ਪੱਕੇ, ਧਰਮ ਦੇ ਪੱਕੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਸੀ। ਲੇਕਿਨ ਜਦੋਂ ਜੱਟਾਂ ਦੇ ਕੋਲ ਜ਼ਮੀਨਾਂ ਆ ਗਈਆਂ, ਉਸ ਤੋਂ ਬਾਅਦ ਅੱਜ ਕੱਲ੍ਹ ਤੇ ਆਪਣਾ ਨਾਲ ਦੇ ਸਕੇ ਭਰਾ ਜਿਹੜੇ ਉਹ ਅੱਖਾਂ ਬਦਲ ਜਾਂਦੀਆਂ, ਫਿਰ ਜੱਟਾਂ ਨੇ ਤੇ ਅੱਖਾਂ ਬਦਲੀਆਂ। ਇਸ ਕਰਕੇ ਆਪਾਂ ਪਹਿਲਾਂ ਇੱਕ ਸੀਗੇ, ਤੁਸੀਂ ਬਾਹਮਣ ਦੀ ਨਜ਼ਰ ਚ ਸ਼ੂਦਰ ਜੇ ਇਸ ਗੱਲ ਨੂੰ। ਤਿੰਨ ਪਿੰਡ ਆ ਜਿੱਥੇ ਮਜ਼ਹਬੀ ਸਿੱਖਾਂ ਦੀਆਂ ਜ਼ਮੀਨਾਂ ਬਹੁਤ ਜੇ, ਕਦੇ ਆ ਕੇ ਵੇਖਿਓ ਸੀ ਨਾ ਇੱਥੇ ਤਿੰਨ ਪਿੰਡ ਨੂੰ ਲੁਧਿਆਣੇ ਦਾ ਮੈਂ ਮਜ਼ਹਬੀ ਸਿੱਖ ਆ, 40 ਲੱਖ ਰੁਪਇਆ ਰਿਟਰਨ ਭਰਦਾ ਆ ਤੇ 12 ਕਰੋੜ ਰੁਪਏ ਦੀਆਂ ਸਰ ਮੇਰੇ ਕੋਲ ਕਾਰਾਂ ਨੇ। ਗਰੀਬੀ ਚੋਂ ਨਿਕਲ ਕੇ ਮੇਰੇ ਪਿਓ ਦਾਦਿਆਂ ਨੂੰ ਨਾ ਉਹ ਜਿਹੜੀ ਗਦਾਰੀਆਂ ਕਰ ਕਰਕੇ ਜ਼ਮੀਨਾਂ ਨੀ ਅਸੀਂ ਲਈਆਂ ਸੀਗੀਆਂ, ਇਹ ਗਦਾਰੀਆਂ ਤੇ ਬਦਲੇ ਜ਼ਮੀਨਾਂ ਮਿਲੀਆਂ ਆ, ਚਾਹੇ ਉਹ ਬਾਦਲ ਆ, ਚਾਹੇ ਰਾਜਾ ਆ, ਤੇ ਚਾਹੇ ਤੁਹਾਡੀ ਕੌਮ ਆ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ, ਉਹ ਮਜ਼ਹਬ ਦੇ ਪੱਕੇ ਚਮਕੌਰ ਦੀ ਗੜੀ ਚ ਸ਼ਹੀਦੀਆਂ ਪਾ ਗਏ ਸੀ। ਤੁਸੀਂ ਤੇ ਗਦਾਰ ਲੋਕ, ਉਹ ਲੋਕ ਸੀਗੇ ਜੱਟ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਗਾਮਾਂ ਫੜ ਕੇ ਕਹਿੰਦੇ ਸਾਨੂੰ ਤਨਖਾਹ ਦੇ। ਡੱਲਾ ਜੱਟ ਸੀਗਾ, ਉਹਨੇ ਮੁਕਤਸਰ ਸਾਹਿਬ ਨੀ ਵੜਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ। ਨਹੀਂ ਦਵਾਰ ਸਾਹਿਬ, ਤੁਹਾਡੀ ਕੁਰਬਾਨੀ ਹੈ, ਤੁਹਾਡਾ ਇਤਿਹਾਸ ਕੀ ਹੈ, ਮੈਨੂੰ ਤੁਹਾਡਾ ਇਤਿਹਾਸ ਦੱਸੋ। ਤੁਸੀਂ ਕੌਣ ਹੋ, ਜੱਟ ਕੀ ਹੁੰਦਾ ਆ, ਜੱਟ ਦਾ ਡਿਕਸ਼ਨਰੀ ਦੇ ਵਿੱਚ ਸ਼ਬਦ ਕੀ ਆ, ਮਤਲਬ ਕੀ ਆ, ਜੱਟ ਤੁਹਾਡਾ ਇਤਿਹਾਸ ਕੀ ਆ, ਤੁਹਾਡਾ ਇਤਿਹਾਸ ਦੱਸੋ। ਹਾਂ, ਇਤਿਹਾਸ ਇਹ ਆ, ਜੱਟ ਇਹੋ ਸ਼ਬਦ ਆ, ਜੱਟ ਇਨਸਾਨ ਉਹ ਆ ਜਿਹੜਾ ਵਾਹੀ ਕਰਦਾ, ਜਿਨ੍ਹਾਂ ਨੂੰ ਗੁਰਤੀ ਮਿਲੀ। ਨਹੀਂ, ਵਾਹੀ ਤਾਂ ਮਜ਼ਬੀ ਕਰਦੇ ਆ, ਅਸੀਂ ਨੀ ਮਜ਼ਬੀ, ਅਸੀਂ ਵੀ ਵਾਹੀ ਕਰਦੇ ਆ, ਸਾਡੀ ਜ਼ਮੀਨ ਆ। ਤੁਸੀਂ ਮਜ਼ਬੀ ਜੱਟਾਂ ਦੇ ਸਿਰੀ ਹੁੰਦੇ ਸੀ ਪਹਿਲੀਆਂ ਚ? ਨਹੀਂ ਨਹੀਂ, ਕਿੰਨੇ ਕਿਹਾ? ਹਾਂਜੀ, ਨਹੀਂ, ਜੱਟ ਤੇ ਆਪ ਮਜਾਰਾ ਸੀਗਾ, ਜੱਟ ਮਜ਼ਦੂਰ ਸੀਗਾ, ਜੱਟ ਆਪ ਮਜ਼ਦੂਰ ਸੀਗਾ। ਤੁਸੀਂ ਐਮ ਏ ਬੀ ਐਡ ਕਿੱਥੋਂ ਕੀਤੀ ਹੈ ਜੀ? ਲਾਹੌਰ ਵਿੱਚ, ਲਾਹੌਰ ਦੀ। ਨਹੀਂ ਨਹੀਂ, ਲਾਹੌਰ ਦੇ ਵਿੱਚ ਐਮ ਏ ਬੀ ਐਡ ਤੁਸੀਂ ਕਿੱਦਾਂ ਕਰ ਸਕਦੇ ਹੋ? ਨਹੀਂ ਨਹੀਂ, ਮੈਂ ਕਿਹਾ ਲਾਹੌਰ ਦੀ ਇੱਕ ਡਿਕਸ਼ਨਰੀ ਹੈ, ਉਹਦੇ ਵਿੱਚ ਉਰਦੂ ਦਾ ਲਫ਼ਜ਼ ਹੈ ਇੱਕ, ਹਾਂ, ਜੱਟਵਾਦ। ਜੱਟਵਾਦ ਜਿਹੜਾ, ਜਿੱਦਾਂ ਬ੍ਰਾਹਮਣਵਾਦੀ ਸੋਚ ਕਹੀ ਜਾਂਦੀ ਨਾ, ਉਹਦਾ ਜੱਟਵਾਦ ਇੱਕ ਸੋਚ ਆ, ਬੜੀ ਖਤਰਨਾਕ ਤੇ ਗੰਦੀ ਸੋਚ, ਜਿਹੜਾ ਹਥਿਆਰ ਚਲਾਉਂਦਾ ਆ, ਜਿਹੜਾ ਮਤਲਬ ਹਥਿਆਰ ਦਾ ਮਤਲਬ ਆਪਣੀ ਕੌਮ ਵਾਸਤੇ ਨੀ, ਨੱਕੇ ਮੋੜਨ ਵਾਸਤੇ, ਚਾਚਿਆਂ ਪਿਆਂ ਦੇ ਕਤਲ ਕਰਕੇ ਮੁੜ ਕੇ ਤਰੀਕ ਕਿਸੇ ਜੱਟ ਦੀ ਕਚਹਿਰੀਆਂ ਚ ਮੇਲੇ ਲੱਗਦੇ ਹੋ, ਮੇਲੇ ਤੁਸੀਂ ਪਾਕਿਸਤਾਨ ਦੀਆਂ ਦੁਸ਼ਮਣਾਂ ਦੇ ਨਾਲ ਲੜਾਈ ਲੜ ਕੇ ਥੋੜਾ ਆਪਣੇ ਹੀ ਨਜਾਇਜ਼ ਚ ਕਤਲ ਕਰਕੇ, ਆਪਣੇ ਰਿਸ਼ਤੇਦਾਰਾਂ ਦੇ ਕਤਲ ਕਰਕੇ, ਫਿਰ ਤਰੀਕਾਂ ਪੈਂਦੀਆਂ ਤੁਹਾਡੀਆਂ। ਉਹ ਤਾਂ ਮੂਰਖ ਲੋਕ ਜਿਹੜੇ ਗਾਣੇ ਬਣਾਉਂਦੇ ਆ ਹਜੇ, ਉਹ ਤੇ ਜਿਹੜੇ ਆ ਚੰਦ ਲੋਕ ਹੁੰਦੇ ਆ, ਨਹੀਂ ਗਾਣੇ ਨਹੀਂ ਬਣਾਉਂਦੇ ਫਿਰ ਤੁਹਾਡੇ ਤੇ। ਚਲੋ ਸਾਡੇ ਕੋਲ ਏਦਾਂ ਦੀਆਂ ਉਦਾਹਰਨਾਂ ਮੇਰੇ ਕੋਲ, ਉਂਗਲਾਂ ਇੱਕ ਬਰਾਬਰ ਹੋ ਨਹੀਂ ਸਕਦੀਆਂ। ਉਹ ਨਹੀਂ ਜੀ, ਨਹੀਂ, ਤੁਹਾਡੀ ਪੂਰੀ ਕੌਮ ਜਿਹੜੀ ਨਾ, ਤੁਹਾਡੇ ਗਰੀਬ ਜਿਹੜਾ ਜੱਟ ਹੁੰਦਾ ਨਾ, ਜਿਹਦੇ ਕੋਲ 2 ਕਿੱਲੇ ਵੀ ਆ, ਉਹਦੀ ਧੌਣ ਦੇ ਵਿੱਚ ਗਾਉਣ ਵਾਲਿਆਂ ਨੇ ਕਿੱਲਾ ਉਡਾਤਾ ਆ ਵੀ ਜੱਟ ਆ, ਮੈਂ ਸਰਦਾਰ ਆ, ਸਰਦਾਰ ਸਰਦੂਰ ਕਹਿੰਦੇ ਤੁਸੀਂ, ਨਾਮ ਦੇ ਅੱਗੇ ਸਿੰਘ ਨੀ ਲਾਉਂਦੇ ਕੋਈ, ਬੈਨੂ ਢੁੱਲੋ ਤੇ ਫਲਾਣਾ ਫਲਾਣਾ, ਜਿੱਪੀ ਗਰੇਵਾਲ ਤੇ ਬੱਬੂ ਮਾਨ ਤੇ ਦਿਲਜੀਤ ਦਸਾਂਝ, ਇਹ ਤੁਸੀਂ 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 ਗੱਦਾਰ ਲੋਕ। ਤੁਹਾਨੂੰ ਮਸੰਦ ਕਿਹਾ ਜਾਂਦਾ ਸੀਗਾ, ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਬੜੇ ਖਤਮ ਕੀਤੇ ਸੀਗੇ, ਪਰ ਫਿਰ ਵੀ ਚਲੋ ਹੈਗੇ ਨੇ, ਉਹ ਕੋਈ ਗੱਲ ਨਹੀਂ, ਉਹਦਾ ਕੋਈ ਫਰਕ ਨਹੀਂ ਪੈਂਦਾ। ਇਹ ਹੁਣ ਕੌਮ ਦੇ ਗੱਦਾਰ ਆ, ਪ੍ਰਕਾਸ਼ ਸਿੰਘ, ਪ੍ਰਕਾਸ਼ ਚੰਦ ਬਾਦਲ, ਪ੍ਰਕਾਸ਼ ਚੰਦ ਬਾਦਲ ਰਾਜਾ, ਪ੍ਰਕਾਸ਼ ਸਿੰਘ ਬੰਦੇ ਨਹੀਂ, ਪ੍ਰਕਾਸ਼ ਚੰਦ ਬਾਦਲ ਹੈ ਜੀ, ਉਹ ਮਸੰਦ ਹੈ ਜੀ, ਉਹ ਮਸੰਦ ਆ, ਨਹੀਂ ਉਹ ਸਿੰਘ ਲਾਉਂਦੇ ਜੀ, ਨਹੀਂ ਉਹ ਸਿੰਘ ਹੋ ਹੀ ਨਹੀਂ ਸਕਦਾ। ਸੁਖਬੀਰ ਸਿੰਘ ਲਾਉਂਦੇ, ਕੈਪਟਨ ਸਾਹਿਬ ਵੀ ਲਾਉਂਦੇ, ਕੈਪਟਨ ਅਮਰਿੰਦਰ ਸਿੰਘ। ਨਹੀਂ ਨਹੀਂ ਨਹੀਂ, ਚਲੋ ਖੈਰ, ਮੇਰੇ ਕੋਲ ਨਾ
ਆਪਣਾ 5 ਮਿੰਟ ਪੂਰੇ ਹੋ ਗਏ ਆ ਜੀ, ਬਸ ਗੱਲ ਕਰੀਏ ਆਪਾਂ ਖਤਮ ਕਰੀਏ ਵੀ ਮੇਰੇ ਕੋਲ। ਇਹ ਤੁਸੀਂ ਆਓ ਕਿਸੇ ਦਿਨ ਆਪਾਂ ਕਿਸੇ ਟੀਵੀ ਦੇ ਉੱਤੇ ਨਾ ਬਹਿ ਕੇ ਡਿਬੇਟ ਕਰਦੇ ਹਾਂ, ਤੁਹਾਡਾ ਜੇ ਕੋਈ ਇਤਿਹਾਸ ਹੈਗਾ ਜੱਟਾਂ ਦਾ ਤੁਸੀਂ ਉਹ ਲੈ ਕੇ ਆਓ, ਇਤਿਹਾਸ ਇਤਿਹਾਸ ਉਹ ਹੋਵੇ, ਇਤਿਹਾਸ ਨਾ ਹੋਵੇ, ਇਤਿਹਾਸ ਕਾਨੂੰਨੀ ਤੌਰ ਦੇ ਉੱਤੇ ਵੀ ਸਾਡੇ ਕੋਲ ਕਾਨੂੰਨੀ ਤੌਰ ਦੇ ਉੱਤੇ ਸਾਡਾ ਇਤਿਹਾਸ ਆ ਮਜ਼ਹਬੀ ਸਿੱਖਾਂ ਦਾ। ਮਜ਼ਹਬੀ ਸਿੱਖ ਜਿਹੜੇ ਸੀਗੇ ਨਾ ਮਜ਼ਹਬ ਦੇ ਪੱਕੇ ਗੁਰੂ ਗੋਬਿੰਦ ਸਿੰਘ ਦਾ ਸਾਥ ਦੇਣ ਵਾਲੇ ਸੀਗੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵੀ ਇਨਹੀਂ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਤਾਂ ਮੋਸੇ ਗਰੀਬ ਕਰੋੜ ਪਰੇ। ਉਹ ਸਾਰੇ ਆ, ਸਾਰੇ ਆ ਨਾ, ਸਾਰੇ ਨਹੀਂ ਆ, ਗੱਦਾਰ ਲੋਕ ਤਾਂ ਹੋ ਹੀ ਨਹੀਂ ਸਕਦੇ। ਸਾਰੇ ਆ, ਸਾਰੇ ਆ, ਨਾ 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 ਨਾ, ਸਾਰੇ ਨਹੀਂ ਆ। ਚਲੋ ਖੈਰ, ਐਨੀਵੇਜ਼ ਤੁਸੀਂ ਤੇ ਆਪਣੀ ਪੜਾਸ ਪੜੂਸ ਜੀ ਕੱਢਣੀ ਹੋਊਗੀ ਮੇਰੀ ਕਿਸੇ ਵੀਡੀਓ ਨੂੰ ਦੇਖ ਕੇ, ਮੈਨੂੰ ਨਹੀਂ ਪਤਾ ਵੀ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ। ਹੰਕਾਰੇ ਹੋਏ ਲੋਕ ਨੇ ਜਿਹੜੇ ਆਪਣਾ ਜੱਟਪੁਣਾ ਨਹੀਂ ਛੱਡਦੇ। ਜੇ ਤੁਸੀਂ ਜੱਟ ਜੇ ਫਿਰ ਤੁਸੀਂ ਸਿੱਖ ਨਹੀਂ ਹੋ ਸਕਦੇ। ਜਿਹੜਾ ਸਿੱਖ ਆ ਸਿੱਖ ਦੀ ਕੋਈ ਜਾਤ ਨਹੀਂ, ਤੇ ਮਜ਼ਹਬੀ ਸਿੱਖ ਕੋਈ ਜਾਤ ਨਹੀਂ ਆ, ਮਜ਼ਹਬੀ ਮਜ਼ਹਬ ਦੇ ਪੱਕਿਆਂ ਨੂੰ ਕਿਹਾ ਜਾਂਦਾ ਆ। 36 ਲੱਖ ਆਬਾਦੀ ਆ ਸਾਡੀ ਪੰਜਾਬ ਦੇ ਵਿੱਚ, ਤੇ ਮੈਂ ਉਹਨਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ ਜਿੱਦਣ ਉਹ ਜਾਗ ਗਏ ਉਦਣ। ਔਰ ਅਸੀਂ ਹੌਲੀ ਹੌਲੀ ਗਰੀਬੀ ਤੋਂ ਉੱਤੇ ਉੱਠ ਕੇ ਤਰੱਕੀਆਂ ਕਰ ਰਹੇ ਹਾਂ, ਸਾਡਾ ਜ਼ਮੀਰ ਵਕਾਊ ਨਹੀਂ ਆ। ਸਾਡੇ ਲੋਕ ਕੈਨੇਡਾ ਅਮਰੀਕਾ ਜਾਣ ਵਾਸਤੇ ਆਪਣੀਆਂ ਧੀਆਂ ਨਾਲ ਵਿਆਹ ਕਰਕੇ ਨਹੀਂ ਜਾਂਦੇ। ਅੰਗਰੇਜ਼ਾਂ ਨੇ 12 ਕੇਸ ਫੜੇ ਆ ਤੁਹਾਡੀ ਕੌਮ ਦੇ, ਜਿਨ੍ਹਾਂ ਨੇ ਆਪਣੀ ਧੀਆਂ ਨਾਲ ਹੀ ਸੈਕਸ ਕਰਕੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਿੰਗ ਕੀਤੀ ਆ। ਮੇਰੇ ਕੋਲ 12 ਕੇਸ ਨੇ ਜੀ, ਮੈਂ ਕਰੀਬ ਪ੍ਰੂਫ ਕਰ ਦੂੰਗਾ। ਅਸੀਂ ਗਰੀਬ ਆ, ਮਜ਼ਹਬੀ ਸਿੱਖ, ਮਜ਼ਹਬੀ ਸਿੱਖ ਗਰੀਬ ਹੋ ਸਕਦਾ ਹੈ ਜੀ। ਔਰ ਦੂਜੀ ਗੱਲ, ਡਾਕਟਰ ਗੁਰਿੰਦਰ ਸਿੰਘ ਅਤਵਾਲ ਰੰਗਰੇਟਾ ਮਜ਼ਹਬੀ ਸਿੱਖ ਮੈਂ ਲੁਧਿਆਣੇ ਦਾ, ਉਹ ਬੰਦਾ ਆ ਆਣ ਕੇ ਇੱਥੇ ਪਤਾ ਕਰ ਲਿਓ ਕਦੀ ਆਇਓ ਇੱਥੇ, ਤੁਹਾਡੇ ਦਰਸ਼ਨ ਕਰਾਂਗੇ, ਨਾਲੇ ਤੁਹਾਨੂੰ ਦਿਖਾਵਾਂਗੇ ਕਿ ਸਿੱਖ ਜਿਹੜੇ ਆ ਅਲਕੋਹਲ ਵੇਚਦੇ ਆ ਜੀ ਸਾਡੇ ਪਿੰਡਾਂ 'ਚ, ਅਲਕੋਹਲ ਵੇਚਦੇ ਆ। ਤੁਹਾਡੇ ਭੁੱਖੀ ਵੇਚਦੇ ਆ, ਫੀਮ ਵੇਚਦੇ ਆ, ਅਲਕੋਹਲ ਵੇਚਦੇ ਆ, ਮਜ਼ਬੂਰੀ ਦੇ ਵਿੱਚ ਵੇਚਦੇ ਆ, ਤੁਹਾਡੇ ਨਹੀਂ ਕਰਦੇ ਅਲਕੋਹਲ ਵੇਚਦੇ ਆ। ਨਹੀਂ, ਇੱਥੇ ਮਜ਼ਹਬੀ ਸਿੱਖ ਸਾਫ਼ ਜੀ ਗੱਲ ਹੈ, ਜਿਹੜੇ ਧੀਆਂ ਦੇ ਨਾਲ ਵਿਆਹ ਕਰਕੇ ਬਾਹਰ ਜਾਈ ਜਾਂਦੇ ਆ, ਚਲੋ ਅਲਕੋਹਲ ਵੇਚ ਕੇ ਰੋਜ਼ੀ ਰੋਟੀ ਪਾਲਦੇ ਆ, ਘੱਟੋ ਘੱਟ ਪੈਸੇ ਕਮਾਉਣ ਦੇ ਚੱਕਰ 'ਚ, ਬਾਹਰ ਜਾਣ ਦੇ ਚੱਕਰ 'ਚ, ਆਪਣੀਆਂ ਧੀਆਂ ਦੇ ਨਾਲ ਤਾਂ ਨਹੀਂ ਵਿਆਹ ਕਰਾਉਂਦੇ, ਭੈਣਾਂ ਦੇ ਨਾਲ ਵਿਆਹ ਨਹੀਂ ਕਰਕੇ ਜਾਂਦੇ। ਜਿਹੜੇ ਜ਼ਹਿਰ ਦੇ ਕੇ ਮਾਰਦੇ ਲੋਕਾਂ ਨੂੰ, ਅਲਕੋਹਲ ਮੇਰੀ ਜ਼ਹਿਰ ਹੁੰਦੀ ਆ ਲੋਕ। ਨਹੀਂ, ਜਿਹੜੇ ਧੀਆਂ ਦੇ ਨਾਲ ਰੇਪ ਕਰਕੇ ਸੈਕਸ ਕਰਕੇ ਅਮਰੀਕਾ ਇੰਗਲੈਂਡ ਦੇ ਵਿੱਚ ਜਾ ਰਹੇ ਆ, ਵਾਹ ਜੀ ਵਾਹ, ਏਦਾਂ ਦੀ ਜੱਟ ਕੌਮ ਤੋਂ ਪਲਿਹਾਰੇ ਇਹ ਜੱਟ ਕੌਮ ਤੋਂ ਜਿਹੜੀ ਸਪਰੇਆਂ ਪੀ ਕੇ ਫਾਹੇ ਲੈ ਕੇ ਮਰਨ ਦੀ ਆ ਤੇ ਕਰਜ਼ੇ ਮਾਫ਼ ਕਰਾਉਂਦੀ ਆ। ਕਦੀ ਵੀ ਮਜ਼ਹਬੀ ਸਿੱਖ ਨਹੀਂ ਖੁਦਕੁਸ਼ੀ ਕਰਦਾ, ਕਿਉਂਕਿ ਮਜ਼ਹਬੀ ਸਿੱਖ ਅਣਖੀ ਤੇ ਯੋਧਾ ਹੁੰਦਾ ਹੈ। ਠੀਕ ਹੈ ਜੀ, ਜੱਟ ਹੀ ਮੁੱਖ ਮੰਤਰੀ ਮੰਨਦਾ ਜੀ, ਜੱਟ ਹੀ ਮਿਨਿਸਟਰ ਮੰਨਦਾ ਜੀ, ਜੱਟ ਹੀ ਮੁੱਖ ਮੰਤਰੀ ਮੰਨਦਾ ਪੰਜਾਬ ਦਾ, ਜੱਟ ਹੀ ਪ੍ਰਧਾਨ ਮੰਤਰੀ ਬਣੂਗਾ ਆਪਣਾ। ਮੈਂ ਕਹਿੰਦਾ ਇੱਕ ਬੇਨਤੀ ਇਹ ਕਰਨਾ ਚਾਹੁੰਦਾ ਆ, ਤੁਸੀਂ ਇੱਦਾਂ ਕਰੋ ਕਿਸੇ ਟੈਲੀਵਿਜ਼ਨ ਦੇ ਉੱਤੇ ਆਪਾਂ ਡਿਬੇਟ ਕਰਦੇ ਹਾਂ, ਅਸੀਂ ਆਪਣੇ ਇਤਿਹਾਸਕਾਰ ਲੈ ਕੇ ਆਵਾਂਗੇ, ਸਾਡੇ ਕੋਈ ਇਤਿਹਾਸ ਆ, ਸਾਡੀ 36 ਲੱਖ ਆਬਾਦੀ ਆ ਪੰਜਾਬ ਦੇ ਵਿੱਚ, ਤੇ ਤੁਸੀਂ ਤੁਹਾਡਾ ਜੇ ਕੋਈ ਇਤਿਹਾਸ ਹੈਗਾ ਤੁਸੀਂ ਇਤਿਹਾਸ ਲੈ ਕੇ ਆਓ, ਤੇ ਜੱਟ ਦਾ ਮਤਲਬ ਲੈ ਕੇ ਆਇਓ। ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੀ ਗੁਲਾਮੀ ਕਰੂੰਗਾ, ਜੱਟ ਦਾ ਮਤਲਬ ਦੱਸ ਦਿਓ ਵੀ ਕੀ ਹੁੰਦਾ। ਜੱਟ ਦਾ ਮਤਲਬ ਜ਼ਮੀਨੀ ਟੱਟੂ, ਸਾਡੇ ਪਿੰਡਾਂ 'ਚ ਵਿਹੜੇ ਵਿੱਚ ਲੁੱਕ ਜੀ ਗਈ ਵਧੀ ਵਧਾਈ ਆ, ਵਧੀ ਵਧਣੀ ਵਧਣੀ ਹੈ ਜੀ ਡਾਕਟਰ ਸਾਹਿਬ ਤੁਹਾਡੀ। ਨਹੀਂ ਜੀ ਨਹੀਂ, ਉਹ ਛੱਡੋ ਤੁਹਾਡੀ ਗੱਲ, ਤੁਹਾਡੀ ਗੱਲ ਛੱਡੋ, ਪਰ ਤੁਹਾਡਾ ਤੁਸੀਂ ਇਹ ਸੋਚ ਕੇ ਦੇਖੋ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਹਾਡੀ ਕੌਮ ਦੇ ਲੋਕਾਂ ਨੂੰ ਵੀ ਬਾਹਰ ਜਾਣ ਵਾਸਤੇ ਅਮਰੀਕਾ ਇੰਗਲੈਂਡ ਜਾਣ ਵਾਸਤੇ ਆਪਣੀ ਧੀ ਨਾਲ ਤੇ ਆਪਣੀ ਭੈਣ ਦੇ ਨਾਲ ਵਿਆਹ ਕਰ ਲੈਂਦੇ ਆ, ਤੇ ਉੱਥੇ ਗੋਰਿਆਂ ਨੂੰ ਸ਼ੱਕ ਪੈ ਗਿਆ ਤੇ ਉੱਥੇ ਵਾਕਿਆ 'ਚ ਉਹਨਾਂ ਨੇ ਸੈਕਸ ਕਰ ਲਿਆ, ਉਹ ਕਿੱਡੀ ਵੱਡੀ ਸ਼ਰਮ ਵਾਲੀ ਗੱਲ ਆ। ਖੈਰ ਐਨੀਵੇਜ਼ ਵੀਰ ਜੀ, ਮੈਨੂੰ ਕਾਲ ਕਰਨ ਦੇ ਲਈ, ਮੇਰੇ ਕੋਲ ਇਸ ਤੋਂ ਵੱਧ ਟਾਈਮ ਨਹੀਂ ਹੈ ਤੁਹਾਡੇ ਨਾਲ ਗੱਲ ਕਰਨ ਦਾ, ਕਿਉਂਕਿ ਮੈਂ ਸਮਝ ਗਿਆ ਵੀ ਤੁਸੀਂ ਮੇਰੀ ਵੀਡੀਓ ਦੇਖੀ ਆ ਤੇ ਫਿਰ ਤੁਹਾਡੀ ਰੱਖਿਆ ਗਿਆ ਪੈਰ, ਤੇ ਉਹ ਫਿਰ ਤੁਸੀਂ ਥੋੜਾ ਜਿਹਾ ਤੜਫਣਾ ਸੀਗਾ ਮੈਨੂੰ ਪਤਾ ਆ। ਚਲੋ ਐਨੀਵੇਜ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।